ਬਹੁਤ ਆਨੰਦ ਦੀ ਏਡੀਸੀ ਸਾਹਿਬ ਸਮੁੱਚੀ ਵਰਗਾਂ ਦੀ ਟੀਮ ਜਿਹੜੀ ਇਸ ਮੇਲੇ ਨੂੰ ਕਾਮਯਾਬ ਕਰਨ ਦੇ ਵਿੱਚ ਆਪਣਾ ਅਹਿਮ ਰੋਲ ਨਿਭਾ ਰਹੀ ਹੈ। ਇਸ ਕਾਲਜ ਦੀ ਮੈਨੇਜਮੈਂਟ ਚੇਅਰਮੈਨ ਬਹੁਤ ਮਹਾਜਨ ਜੀ, ਸਮੁੱਚੀ ਡਾਇਰੈਕਟਰ ਸ਼ਰਮਾ ਜੀ, ਪ੍ਰਿੰਸੀਪਲ ਮਹਾਜਨ ਜੀ, ਸਮੁੱਚੀ ਫੈਕਲਟੀ ਗੋਲਡਨ ਕਾਲਜ ਦੀ, ਗੋਲਡਨ ਗਰੁੱਪ ਆਫ ਇੰਸਟੀਚਿਊਟ ਦੇ ਚੇਅਰਮੈਨ। ਗੋਲਡਨ ਸੰਸਥਾ ਇੱਕ ਵਿਲੱਖਣ ਸੰਸਥਾ, ਇਹ ਸੰਸਥਾ ਸ਼੍ਰੀ ਦੀਨਾਨਾਥ ਮਹਾਜਨ ਜੀ ਦਾ ਇੱਕ ਸੁਪਨਾ, ਐਜੂਕੇਸ਼ਨ ਦੇ ਵਿੱਚ ਇੱਕ ਸੁਪਨਾ ਜੋ ਉਹਨਾਂ ਨੇ ਸਾਕਾਰ ਕੀਤਾ, ਅਤੇ ਬਚਪਨ ਤੋਂ ਅਸੀਂ ਇਕੱਠੇ ਇੱਕ ਦੂਜੇ ਨਾਲ ਜੁੜੇ ਹਾਂ। ਜਿੱਦਾਂ ਆਪ ਜੀ ਨੂੰ ਪਤਾ ਹੈ ਕਿ ਆਪਾਂ ਕਾਫੀ ਸਾਰੇ ਪੂਰੇ ਪੰਜਾਬ 'ਚ ਜੋਬ ਮੇਲੇ ਲੱਗ ਰਹੇ ਨੇ, ਮੇਗਾ ਜੋਬ ਮੇਲੇ, ਉਹਦੀ ਕੜੀ 'ਚ ਆਪਾਂ ਜ਼ਿਲ੍ਹਾ ਗੁਰਦਾਸਪੁਰ ਵੀ ਲਗਾ ਰਹੇ ਹਾਂ। ਅੱਜ ਸਾਡਾ ਤੀਜਾ ਜੋਬ ਮੇਲਾ ਹੈ, ਪਹਿਲੇ ਆਲਰੇਡੀ ਅਸੀਂ ਦੋ ਏਕ ਲਗਾ ਚੁੱਕੇ ਹਾਂ, ਗੁਰਦਾਸਪੁਰ ਇੱਕ ਬਟਾਲਾ, ਅੱਜ ਫਿਰ ਤੀਜਾ ਜੋਬ ਮੇਲਾ ਲਗਾਇਆ। ਅਭੀ ਤੱਕ ਲਗਭਗ ਸਾਡੇ ਕੋਲ 3900 ਲੋਕਾਂ ਨੇ 4000 ਲੋਕਾਂ ਨੇ ਪਾਰਟੀਸਪੇਟ ਕਰ ਚੁੱਕੇ ਨੇ ਸਾਡੇ ਕੋਲ, ਅਤੇ ਲਗਭਗ ਸਾਡੇ ਕੋਲ 2700 ਲੋਕਾਂ ਨੂੰ ਇੱਥੇ ਡਿਫਰੈਂਟ ਕੰਪਨੀਆਂ ਵੱਲੋਂ ਰੁਜ਼ਗਾਰ ਦਿੱਤਾ ਜਾ ਚੁੱਕਿਆ। ਇਸ ਤੋਂ ਇਲਾਵਾ ਸਾਡੇ ਕੋਲ ਲਗਭਗ 300 ਲੋਕਾਂ ਨੂੰ ਸੈਲਫ ਇੰਪਲੋਇਮੈਂਟ ਦੇ ਲਈ ਪ੍ਰੋਤਸਾਹਿਤ ਕਰਕੇ ਉਹਨਾਂ ਨੂੰ ਲੋਨਿੰਗ ਵੀ ਅਸੀਂ ਕਰਵਾ ਰਹੇ ਹਾਂ ਤਾਂ ਕਿ ਉਹ ਆਪਣਾ ਸਵੈ ਰੁਜ਼ਗਾਰ ਸ਼ੁਰੂ ਕਰ ਸਕੇ। ਅੱਜ ਜਿਹੜਾ ਆਪਣਾ ਇਹ ਗੋਲਡਨ ਇੰਸਟੀਚਿਊਟ 'ਤੇ ਆਪਾਂ ਇੱਥੇ ਕਰ ਰਹੇ ਨੇ ਜੋਬ ਮੇਲਾ, ਉਹਦੇ 'ਚ ਵੀ ਸਾਡੇ ਕੋਲ 20 ਕੰਪਨੀਆਂ ਆਈ ਹੋਈਆਂ, ਅਰਾਊਂਡ 1300 ਜੋਬਸ ਅਸੀਂ ਅੱਜ ਔਫਰ ਕਰ ਰਹੇ ਹਾਂ। 1500 ਦੇ ਆਸ ਪਾਸ ਸਾਡੇ ਅੱਜ ਬੱਚਿਆਂ ਦੇ ਆਉਣ ਦੀ ਟੋਟਲ ਆਸ ਹੈਗੀ, ਅਤੇ ਮੈਂ ਇਹ ਵੀ ਆਸ ਕਰਦਾ ਕਿ ਅਧਿਕਤਰ ਬੱਚਿਆਂ ਨੂੰ ਨਾ ਕੇਵਲ ਅੱਜ ਜੋਬ ਮਿਲੇਗੀ, ਬਲਕਿ ਅਸੀਂ ਬੱਚਿਆਂ ਨੂੰ ਇਹ ਵੀ ਸਮਝਾ ਰਹੇ ਨੇ ਕਿ ਇਨ ਕੇਸ ਜੇ ਉਹਨਾਂ 'ਚ ਕੋਈ ਆਜ ਕਮੀ ਰਹਿ ਜਾਂਦੀ ਹੈ, ਕਿਸੇ ਰੀਜ਼ਨ ਤੋਂ ਭਗਵਾਨ ਨਾ ਕਰੇ ਉਹਨਾਂ ਦਾ ਸਿਲੈਕਸ਼ਨ ਨਹੀਂ ਹੋ ਪਾਉਂਦਾ, ਸਾਡੇ ਕੋਲ ਆਏ ਅਸੀਂ ਉਹਨਾਂ ਨੂੰ ਇੰਟਰਵਿਊ ਦੀ ਟ੍ਰੇਨਿੰਗ ਦੇ ਕੇ ਔਰ ਉਹ ਸਕਿੱਲ ਜਿਹੜੀ ਸੋਫਟ ਸਕਿੱਲਸ ਹੈ ਉਹਦੇ 'ਚ ਵੀ ਉਹਨਾਂ ਨੂੰ ਟ੍ਰੇਨਿੰਗ ਦੇਵਾਂਗੇ ਤਾਂ ਕਿ ਉਹਨਾਂ ਦਾ ਨੈਕਸਟ ਟਾਈਮ ਨੰਬਰ ਆ ਜਾਏ। ਇਸ ਤੋਂ ਇਲਾਵਾ ਆਪਾਂ ਜ਼ਿਲ੍ਹਾ ਗੁਰਦਾਸਪੁਰ ਸਰਕਾਰੀ ਨੌਕਰੀਆਂ ਅਤੇ ਪ੍ਰਾਈਵੇਟ ਨੌਕਰੀਆਂ ਦੇ ਲਈ ਵੀ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਫਰੀ ਕੋਚਿੰਗ ਇੰਸਟਰਕਸ਼ਨਸ ਦਾ ਚੱਲ ਰਿਹਾ ਉਪਰਾਲਾ, ਤੋਂ ਬੱਚਿਆਂ ਨੂੰ ਅਸੀਂ ਉਹ ਵੀ ਰਿਕੁਐਸਟ ਕਰਦੇ ਹਾਂ ਕਿ ਕਾਇੰਡਲੀ ਇੱਕ ਵਾਰ ਸਾਡੇ ਜਿਹੜਾ ਡਿਸਟ੍ਰਿਕਟ ਬਿਊਰੋ ਹੈ
ਇੰਪਲੋਇਮੈਂਟ ਇੰਕੁਆਇਰੀਜ਼ ਦਾ ਉੱਤੇ ਆਉਣ ਅਤੇ ਸਾਡੇ ਜਿਹੜੇ ਵੱਖਰੇ ਵੱਖਰੇ ਉਪਰਾਲੇ ਬੱਚਿਆਂ ਨੂੰ ਰੁਜ਼ਗਾਰ, ਭਾਵੇਂ ਉਹ ਵੇਜ ਇੰਪਲੋਇਮੈਂਟ ਯਾਨੀ ਨੌਕਰੀ ਹੋਵੇ ਜਾਂ ਭਾਵੇਂ ਸੈਲਫ ਇੰਪਲੋਇਮੈਂਟ ਯਾਨੀ ਖੁਦ ਦਾ ਰੁਜ਼ਗਾਰ ਹੋਵੇ, ਉਹਦੇ ਲਈ ਜੋ ਅਸੀਂ ਐਫਰਟ ਕਰ ਰਹੇ ਹਾਂ, ਉਹਦੇ ਬਾਅਦ ਆ ਕੇ ਉਹਦੇ ਬਾਰੇ ਜਾਣਕਾਰੀ ਲੈਣ ਅਤੇ ਤਾਂ ਕਿ ਉਹ ਆਪਣਾ ਬਾਕੀ ਕੰਮ ਜਾ ਰਿਹਾ। ਅੱਜ ਇਸ ਮੇਲੇ ਦੇ ਵਿੱਚ ਮਾਨਯੋਗ ਵਿਪੁਲ ਉਜਵਲ ਜੀ, ਡਿਪਟੀ ਕਮਿਸ਼ਨਰ ਗੁਰਦਾਸਪੁਰ, ਨੇ ਇਸ ਰੋਜ਼ਗਾਰ ਮੇਲੇ ਦਾ ਉਦਘਾਟਨ ਕੀਤਾ ਅਤੇ ਉਹਨਾਂ ਦੇ ਨਾਲ ਰਵਨੀਰ ਮੁੱਦਲ ਜੀ, ਜਿਹੜੇ ਕਿ ਸਾਡੇ ACD ਡਿਵੈਲਪਮੈਂਟ ਨੇ, ADC ਸਾਹਿਬ, ਉਹ ਵੀ ਨਾਲ ਸ਼ਿਰਕਤ ਕੀਤੀ ਹੈ। ਬੜਾ ਹੀ ਵਧੀਆ ਤਰੀਕੇ ਦੇ ਨਾਲ ਸਾਰਾ ਪ੍ਰੋਗਰਾਮ ਗੋਲਡਨ ਗਰੁੱਪ ਵੱਲੋਂ ਔਰਗਨਾਈਜ਼ ਕੀਤਾ ਗਿਆ। ਇਸ ਦੀ ਖਾਸ ਇੱਕ ਤਾਂ ਹੈ ਕਿ ਸਾਡਾ ਸਾਰਾ ਸਟਾਫ ਔਰ ਸਟੂਡੈਂਟਸ ਨੇ ਇਸ ਨੂੰ ਕੋਆਪਰੇਟ ਕੀਤਾ ਔਰ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਔਰ ਰੋਜ਼ਗਾਰ ਦਫ਼ਤਰ ਵੱਲੋਂ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਗਿਆ। ਸਾਰੇ ਹੀ ਬਹੁਤ ਵਧੀਆ ਤਰੀਕੇ ਦੇ ਅਰੇਂਜਮੈਂਟਸ, ਹਾਂਜੀ ਹਾਂਜੀ, ਬਹੁਤ ਹੀ ਵਧੀਆ ਤਰੀਕੇ ਨਾਲ ਅਰੇਂਜਮੈਂਟ ਕੀਤੇ ਗਏ ਨੇ, ਜਿਵੇਂ ਕਿ